ਜ਼ਿਆਦਾ ਅਸੀਂ ਰਸਤਾ ਕਵਰ ਕਰ ਲਿਆ ਸਾਰਿਆਂ ਦੇ ਰੰਗ ਉੱਡੇ ਪਿਆ ਕਿਉਂਕਿ ਸਾਈਡ ਵੀ ਸੀ ਆਜੂਗਾ ਨਾ ਦਰਖਤ ਦਰਖਤ ਜਿਹੇ ਇੱਧਰ ਮਤਲਬ ਗੱਡੀਆਂ ਦੇ ਹਾਂਜੀ ਮਿੱਤਰੋ ਤੇ ਆਪਾਂ ਹੁਣ ਕੀ ਕਰਨਾ ਵਾ ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਕਰਦੇ ਹਾਂ ਨਵੇਂ ਵੀਡੀਓ ਦੀ ਸ਼ੁਰੂਆਤ ਤੇ ਉੱਥੋਂ ਤੱਕ ਤੁਸੀਂ ਵੀਡੀਓ ਵੇਖੀ ਸੀਗੀ ਉਸ ਤੋਂ ਅੱਗੇ ਜਿਹੜੀ ਆਪਾਂ ਵੀਡੀਓ ਕੰਟੀਨਿਊ ਕਰ ਲਈ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਵੈਸੇ ਇਹ ਗੱਲ ਮੈਂ ਕਹਿੰਦਾ ਨਹੀਂ ਹੁੰਦਾ ਪਰ ਹੁਣ ਤੋਂ ਰੂਟੀਨ ਦੇ ਵਿੱਚ ਇਹ ਗੱਲ ਆਪਾਂ ਕਿਹਾ ਕਰਾਂਗੇ ਬਾਕੀ ਤੁਸੀਂ ਆਪ ਸਿਆਣੇ ਹੋ ਅਤੇ ਕਰ ਲਿਓ ਹੈ ਨਾ ਅਤੇ ਡੈਡੀ ਹੁਣ ਗਏ ਕਿਸੇ ਕੰਮ 'ਤੇ ਅਤੇ ਮਾਤਾ ਸ਼੍ਰੀ ਜੀ ਹੈਲੋ ਕਰ ਦਿਓ ਹੈਲੋ ਅਤੇ ਮਾਤਾ ਤਿਆਰ ਹੋ ਰਹੀ ਹੈ ਅਤੇ ਹੁਣ ਆਪਾਂ ਚੱਲਦੇ ਹਾਂ ਅੱਗੇ ਠੀਕ ਆ ਅਤੇ ਸਾਰਾ ਕੁਛ ਆਪਾਂ ਸਮਾਨ ਵਗੈਰਾ ਰੱਖ ਲਿਆ ਅਤੇ ਜਿਹੜੇ ਪਰਪਸ ਲਈ ਆਪਾਂ ਆਏ ਹਾਂ ਆਪਾਂ ਉਹ ਵੀ ਆਪਦਾ ਚੱਕ ਲਿਆ ਅਤੇ ਪੈੱਨ ਵੀ ਆਪਾਂ ਚੱਕ ਲਿਆ ਅਤੇ ਇਹਨੂੰ ਰੱਖਦੇ ਹਾਂ ਗੱਡੀ ਦੇ ਵਿੱਚ ਅਤੇ ਹੁਣੇ ਮੈਂ ਨਾ ਇੱਥੇ ਪੌਦਾ ਲਾ ਕੇ ਆਇਆ ਇੱਕ ਅਤੇ ਉਹਦੀ ਮੈਂ ਕਲਿੱਪ ਐਡ ਕਰਦਾ ਤੁਸੀਂ ਉਹਨਾਂ ਚਿਰ ਕਲਿੱਪ ਵੇਖੋ ਅਤੇ ਅਸੀਂ ਸਮਾਨ ਵਗੈਰਾ ਰੱਖ ਕੇ ਅਤੇ ਚੱਲਦੇ ਹਾਂ ਇੱਥੇ ਜੇ ਖੜ ਦੇ ਠੀਕ ਆ ਇੱਥੇ ਹਾਂ ਠੀਕ ਆ ਠੀਕ ਆ ਨਾ ਇਧਰੋਂ ਮਾੜਾ ਜਿਹਾ ਪਾਣੀ ਪਾ ਦਿਆ ਕਰਨਗੇ ਡੈਡੀ ਥੋੜਾ ਹੋਰ ਖੁੱਲਾ ਹੋ ਜਾਂਦਾ ਅੱਧੇ ਨਾਲੋਂ ਜ਼ਿਆਦਾ ਅਸੀਂ ਰਸਤਾ ਕਵਰ ਕਰ ਲਿਆ ਸਾਰਿਆਂ ਦੇ ਰੰਗ ਉੱਡੇ ਪਿਆ ਕਿਉਂਕਿ ਸਵੇਰ ਦਾ ਸਫ਼ਰ ਅਸੀਂ ਬਹੁਤ ਜ਼ਿਆਦਾ ਕੀਤਾ ਵਾ ਅਤੇ ਲਗਭਗ ਬਸ ਹੁਣ ਅਸੀਂ ਪਹੁੰਚਣ ਵਾਲੇ ਹਾਂ ਪਰ ਇੱਕ ਚੀਜ਼ ਆ ਮੰਮੀ ਹੈ ਨਾ ਇੱਧਰ ਹਰਿਆਵਲ ਦਾ ਬਹੁਤ ਆ ਇੱਧਰਲੇ ਪਾਸੇ ਹਰਿਆਵਲ ਬਹੁਤ ਜ਼ਿਆਦਾ ਹੈਗੀ ਲੋਕਾਂ ਨੇ ਦਰੱਖਤ ਵਗੈਰਾ ਜਾ ਵਾਧੂ ਲਾਏ ਹੋਏ ਆ ਅਤੇ ਘੱਟੋ ਘੱਟ ਮੈਨੂੰ ਲੱਗਦਾ ਅਸੀਂ 300 ਤੋਂ ਪਲੱਸ ਸਫ਼ਰ ਕੀਤਾ ਵਿੱਚੋਂ ਥੋੜ੍ਹੀ ਬ੍ਰੇਕ ਵੀ ਲਈ ਆ ਡੈਡੀ ਕੋਲ ਰੁਕੇ ਹਾਂ ਉਸ ਤੋਂ ਬਾਅਦ ਜਿਹੜਾ ਫਿਰ ਆਪਾਂ ਸਫ਼ਰ ਕਰਨਾ ਸਟਾਰਟ ਕਰਤਾ ਵਾ ਅਤੇ ਟਾਈਮ ਹੋ ਗਿਆ ਸ਼ਾਮ ਦੇ 7:15 ਅਤੇ ਹੋਰ ਅੱਧੇ ਕੁ ਘੰਟੇ ਤੱਕ ਆਪਾਂ ਪਹੁੰਚ ਜਾਵਾਂਗੇ ਅਤੇ ਫਿਰ ਉੱਥੇ ਜਾ ਕੇ ਤੁਹਾਨੂੰ ਮਿਲਦੇ ਹਾਂ ਰੁਕ ਕੇ ਅਤੇ ਗੱਡੀ ਨੂੰ ਆਪਾਂ ਜਿਹੜਾ ਸੀਗਾ ਅਤੇ ਗੱਡੀ ਨੂੰ ਆਪਾਂ ਲੋਕ ਲਾਤਾ ਗੱਡੀ ਸਾਈਡ 'ਤੇ ਵੀ ਲਾਤੀ ਆ ਅਤੇ ਜਿਹੜਾ ਸਮਾਨ ਸੀਗਾ ਜ਼ਰੂਰੀ ਉਹ ਆਪਾਂ ਬਸ ਹੁਣ ਕੱਢ ਕੇ ਅਤੇ ਉਸ ਤੋਂ ਬਾਅਦ ਚੱਲਦੇ ਹਾਂ ਘਰੇ ਅਤੇ ਕਿਉਂਕਿ ਇਹ ਕੰਮ ਬਹੁਤ ਜ਼ਿਆਦਾ ਜ਼ਰੂਰੀ ਸੀ ਗੱਡੀ ਨੂੰ ਲੋਕ ਲਾਉਣਾ ਅਤੇ ਲੋਕ ਲਾਤਾ ਅਤੇ ਬਾਕੀ ਸਾਰਾ ਕੁਛ ਲੈ ਹੀ ਲਿਆ ਮੋਸਟਲੀ
एक बैग रह गया मलादा डिग्गी चोल लेने हैं फिर चलते हैं घरे। हाल वेखो तुसीं मेरा पसीनो पसीन हो गया सारा समान बाहर पिया समान चक के लिया तो हुण करदे आं चेंज चेंज वगैरह करके तो फिर खाने रोटी तो हाँ भी किवें सूरत आई हुण भाई मेरी कुड़ी तो पता कनेडा मगर लाई है गली भीड़ी सी गड्डी आउंदी नहीं सी अपने इधर करदे हुण चेंज मुंह धो के रोटी वगैरह खाने फिर तुहानू मिलदे आ ठीक ए सी लगा सांझ सहाए आ मिलदा तुहानू मैं पसीना वेखो पूरा हाल होया पे रोटी आप खा ली आ ते मम्मी हैगी रसोई दे विच ते भैन भाई ना गल करदी भी है ते मम्मी ना मिलाउणा तुहानू मैं हे मम्मी क्या कर रहे हो तुम रोटी खा के भांडे मल के फिर सोण लगे दूध देने ओके ते दूध पीने ते तुहानू सवेरे वखावांगे बाकी बाकी डोड़ा वेखो हूँ जी है जिम आप कर दी की हाल है भाजी हो ठीक ठाक हो चलो वधिया थले वाला भरा आया सीगा उत्ते थले करेंदे है कोई है ना ते पीने दुध दुध फिर मिलदा मैं थोनू ते बाकी की